ਸਤਿਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਸਤਸੰਗੀਓ, ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੇ ਦਰਬਾਰ ਵਿੱਚ ਜੁੜੇ ਆ, ਆਪਣਾ ਇਹ ਪਰਿਵਾਰ ਹੈ, ਆਪਣਾ ਘਰ ਹੈ। ਸਮਾਂ ਬਹੁਤਾ ਨਹੀਂ ਲਵਾਂਗੇ, ਸਾਡੇ ਪ੍ਰਬੰਧਕਾਂ ਦੀ ਮਜਬੂਰੀ ਹੈ, ਹਰ ਸਮਾਗਮ ਤੇ ਹਾਜ਼ਰੀ ਭਰੀਦੀ ਹੈ। ਇਹ ਮਹਾਂਪੁਰਖਾਂ ਦਾ ਦਰਬਾਰ ਹੈ, ਆਓ ਖਾਲਸੇ ਦੀ ਸ਼ਾਨ ਵਿੱਚ, ਕਿਉਂਕਿ ਬਾਬਾ ਵੀਰ ਸਿੰਘ ਦੀ ਸ਼ਹਾਦਤ ਵਿੱਚ ਜੁੜੇ ਆ। ਇੱਕ ਮਿੰਟ, ਇੱਕ ਇੱਥੇ ਗੁਰਮੁਖ ਪਿਆਰੇ ਨੇ, ਕਿਸੇ ਦੀ ਮਾਇਆ ਡਿੱਗੀ ਆ, ਇੱਥੇ ਡੇਰੇ ਦੇ ਵਿੱਚ ਨੋਟ ਨੇ, ਉਹਨੂੰ ਲੱਭਿਆ ਅਤੇ ਉਹ ਇੱਥੇ ਸਾਨੂੰ ਦੇ ਗਿਆ। ਜੇ ਕਿਸੇ ਦੇ ਡਿੱਗੇ ਹੋਣ ਉਹ ਨਿਸ਼ਾਨੀ ਦੱਸ ਦਿਓ ਵੀ ਮੇਰੇ ਕਿੰਨੇ ਪੈਸੇ ਡਿੱਗੇ ਆ ਅਤੇ ਕਿੰਨੇ ਕਿੰਨੇ ਵਾਲੇ ਨੋਟ ਆ, ਉਹ ਮੇਰੇ ਕੋਲ ਲੈ ਸਕਦਾ, ਮੇਰੇ ਕੋਲ ਹੀ ਪਏ ਆ। ਇਹ ਕੈਨਕ ਵੀ ਪਈ ਆ, ਸ੍ਰੀ ਇਹ ਹੈ ਮਹਾਂਪੁਰਖਾਂ ਦਾ ਪਿਆਰ। ਹਾਂਜੀ, ਲੱਭੀ ਚੀਜ਼ ਜਿਹੜੀ ਇਵੇਂ ਸਨਮਾਨਯੋਗ ਸਕੱਤਰ ਸਾਹਿਬ ਕੋਲ ਪਹੁੰਚੀ ਹੈ ਤੇ 10 ਹਾਂ, ਤੇ ਉਹ ਫਿਰ ਬੇਨਤੀ ਸੁਣ ਲਓ ਵੀ ਪੈਸੇ ਦੱਸ ਦਵੇ ਵੀ ਮੇਰੇ ਕਿੰਨੇ ਗੁਆਚੇ ਆ ਤੇ ਕਿਹੜੇ ਕਿਹੜੇ ਨੋਟ ਆ ਤੇ ਮੇਰੇ ਕੋਲ ਪਏ ਆ, ਆਣ ਕੇ ਲੈ ਲੈ। ਇਹ ਬੇਨਤੀ ਵੀ ਧਿਆਨ ਵਿੱਚ ਰੱਖਿਓ। ਲਓ ਜੀ, ਮਹਾਂਪੁਰਖਾਂ ਦੇ ਦਰਬਾਰ ਵਿੱਚ ਜੁੜੇ, ਉਹਨਾਂ ਦੀ ਸ਼ਾਨ ਵਿੱਚ ਜਿਹਨਾਂ ਨੇ ਅੰਮ੍ਰਿਤ ਛਕਿਆ, ਖਾਲਸਾ ਰੂਪ ਬਣ ਕੇ ਸੰਸਾਰ 'ਤੇ ਜਿਵੇਂ ਮੱਲਾਂ ਮਾਰੀਆਂ। ਕਵਿਤਾ ਆਪਣਾ ਸਿਰਲੇਖ ਆਪ ਦੇਵੇਗੀ, ਸ਼ੇਖੂਪੁਰੀਆਂ ਦੇ ਕਵੀ ਸ਼੍ਰੀ ਜੱਤ ਤੋਂ ਸੁਣੀਏ, ਇੰਝ ਬਿਆਨ ਕੀਤਾ ਜਾ ਰਿਹਾ। ਉਹਨਾਂ ਲੋਕਾਂ ਦੀ ਮੰਜ਼ਲ ਦਾ ਰਾਹ ਸਦਾ ਤੇ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ ਤੇ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਤੇ ਜੀਵਨ ਵਿੱਚ ਨਾ ਉਹਨਾਂ ਦੀ ਹਾਰ ਵੇਖੀ ਚੋਲੀ ਤੇ ਸੀ ਸ਼ਹੀਦਾਂ ਦੇ ਫੁੱਲ ਪੌਦੇ ਮੈਂ ਉਸ ਕੌਮ ਦੇ ਬਾਗੀ ਬਹਾਰ ਵੇਖੀ ਮੈਂ ਉਸ ਕੌਮ ਦੇ ਬਾਗੀ ਬਹਾਰ ਵੇਖੀ ਵੇਖੀ ਦਾ ਤੇਰੇ ਇਤਿਹਾਸ ਵੱਲੇ ਵੱਖ ਜੂਣ ਤੇ ਮਰਨ ਦਾ ਟੰਗ ਤੇਰਾ ਪੈ ਕੇ ਸਿਦਕ ਦੀ ਪੱਠੀ ਵੇ ਸੂਰ ਵੀਰਾ ਸਗੋਂ ਹੋਰ ਵੀ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜਦੇ ਜ਼ਿੰਦਗੀ ਚੋ ਪਰ ਤੂੰ ਮੌਤ ਜੋ ਜ਼ਿੰਦਗੀ ਲੋੜਦਾ ਏ ਵੇਖੀ ਦਾ ਤੇਰੇ ਇਤਿਹਾਸ ਵੱਲੇ ਵੱਖ ਜੂਣ ਦੇ ਮਰਨ ਦਾ ਟੰਗ ਤੇਰਾ ਪੈ ਕੇ ਸਿਦਕ ਦੀ ਪੱਠੀ ਵਿੱਚ ਸੂਰ ਵੀਰਾ ਸਗੋਂ ਹੋਰ ਵੀ ਹੋਇਆ ਕੂੜਾ ਰੰਗ ਤੇਰਾ ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜਦੇ ਜ਼ਿੰਦਗੀ ਚੋ ਪਰ ਤੂੰ